ਬੜੀ ਪਿਆਰੀ ਪੜ੍ਹਾਈ ਕਰਕੇ ਨੀਚ ਸਦਾਵਣ ਕੋਈ ਕੰਮ ਤੂੰ ਕੀਤਾ। ਆਮ ਇੱਕ ਮਨੁੱਖ ਦਾ ਕੀ ਸੁਭਾਅ ਹੈ, ਜਿਹੜਾ ਕੋਈ ਕੰਮ ਕਰਦਾ ਹੈ ਕਿਸੇ ਵੀ ਫੀਲਡ ਦੇ ਵਿੱਚ, ਇੱਥੇ ਹਿੱਕ ਤੇ ਹੱਥ ਠੋਕ ਕੇ ਕਹਿੰਦਾ, ਛਾਤੀ ਠੋਕ ਕੇ ਕਹਿੰਦਾ ਮੈਂ ਕੀ ਮੈਂ ਕੀ। ਆਹੀ ਤਾਂ ਫਰਕ ਹੈ ਸਾਧ ਸੰਗਤ, ਦੁਨੀਆ ਦੀ ਪੜ੍ਹਾਈ ਕਹਿੰਦੀ ਮੈਂ ਕੀਤਾ, ਪਰ ਜਿਹੜੀ ਪੜ੍ਹਾਈ ਸਾਹਿਬ ਪੜ੍ਹਾ ਰਹੇ ਨੇ ਅਧਿਆਤਮਕ ਪੜ੍ਹਾਈ, ਇਹਦੇ 'ਚ ਸਾਹਿਬ ਕਹਿੰਦੇ ਤੈਨੂੰ ਕਹਿਣਾ ਪਏਗਾ ਕਿ ਗੁਰੂ ਨਾਨਕ ਰੱਬ ਨੇ ਕੀਤਾ। ਆਖੋ ਸਤਨਾਮ। ਆ ਸਿੱਖਾਂ ਇਹ ਪੜ੍ਹਾਈ ਇੰਨੀ ਪਿਆਰੀ ਪੜ੍ਹਾਈ ਹੈ, ਇੰਨੀ ਪਿਆਰੀ ਔਰ ਬੜੀ ਕੀਮਤੀ ਪੜ੍ਹਾਈ ਜੀ। ਕੋਈ ਕੰਮ ਵਧੀਆ ਹੋ ਜਾਏ ਨਾ ਸਾਡੇ ਕੋਲ ਤੇ ਮਾਣ ਮਾਣ ਕੇ ਦੱਸਦੇ ਹਾਂ ਜੀ ਏਦਾਂ ਅਸੀਂ ਕੀਤਾ, ਏਦਾਂ ਅਸੀਂ ਕੀਤਾ, ਏਦਾਂ ਅਸੀਂ। ਭਾਈ ਗੁਰਦਾਸ ਜੀ ਨੇ ਆ ਸੀਨ ਖਿੱਚਿਆ, ਕਹਿੰਦੇ ਤਾਂ ਪ੍ਰਭ ਲੇਖੈ ਅੰਦਰ ਪਾਈ, ਤੇਰੀ ਕੀਤੀ ਹੋਈ ਸੇਵਾ ਤੇਰੇ ਕੀਤੇ ਹੋਏ ਕੰਮ ਤਾਂ ਦਰਗਾਹ ਦੇ ਵਿੱਚ ਲਿਖੇ ਜਾਣਗੇ, ਤਾਂ ਪ੍ਰਭ ਲੇਖੈ ਅੰਦਰ ਪਾਈ ਤਾਂ ਲੇਖੇ 'ਚ ਆਣਗੇ ਜੇ ਕਰਕੇ ਨੀਚ ਸਦਾਵਣਾ। ਆਖੋ ਸਤਨਾਮ। ਬੜੀ ਔਖੀ ਪੜ੍ਹਾਈ ਜੀ, ਬੜੀ ਔਖੀ ਪੜ੍ਹਾਈ, ਨਹੀਂ ਤਾਂ ਬੰਦਾ ਕਹਿੰਦਾ ਇਹ ਮਾਣ ਮੈਨੂੰ ਮਿਲਣਾ ਚਾਹੀਦਾ, ਆ ਮੇਰੇ ਕਰਕੇ, ਆ ਮੇਰੇ। ਹੁਣ ਸਾਰੇ ਪ੍ਰਮਾਣ ਇਦਾਂ ਦੇ ਚੱਲਣੇ ਨੇ। ਇਹ ਗੁਰਮਤ ਦੀ ਸਾਧ ਸੰਗਤ ਬੜੀ ਸਿਰਮੌਰ ਪੜ੍ਹਾਈ, ਬੜੀ ਸਿਰਮੌਰ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦਰਗਾਹ ਤੋਂ ਕੀ ਲੈ ਕੇ ਆਏ, ਕੀ ਲੈ ਕੇ? ਕਹਿੰਦੇ ਬਾਬਾ ਪੈਂਦਾ ਸੱਚ ਖੰਡ ਨੌ ਨਿਧ ਨਾਮ ਗਰੀਬੀ। ਦੋ ਚੀਜ਼ਾਂ, ਇੱਕ ਨਾਮ ਇੱਕ ਗਰੀਬੀ, ਨਿਮਰਤਾ ਸਿਰੇ ਦੀ, ਨਿਮਰਤਾ ਸਿਰੇ ਸਿਰੇ ਦੀ ਨਿਮਰਤਾ। ਇੱਕ ਨਾਮ ਦੇ ਨਾਲ ਜੋੜਿਆ ਇੱਕ ਨਿਮਰਤਾ ਦੇ ਨਾਲ। ਨਿਮਰਤਾ ਵੀ ਪਰਮੇਸ਼ਵਰ ਦਾ ਰੂਪ ਹੈ, ਧਿਆਨ ਦੇਣਾ। ਪਰਮੇਸ਼ਵਰ ਦੇ ਸਰੂਪ ਦੇ ਵਿੱਚ ਇੱਕ ਨਿਮਰਤਾ ਵੀ, ਜੇ ਜਿਹਨੂੰ ਨੀਵਣਾ ਆ ਗਿਆ ਉਹਨੂੰ ਸਭ ਕੁਝ ਲੈਣਾ ਆ ਗਿਆ ਇਸ ਦਰਬਾਰ ਚੋਂ। ਆਖੋ ਸਤਨਾਮ। ਸਭ ਕੁਝ ਲੈਣਾ ਆ ਗਿਆ। ਸਾਹਿਬ ਕਹਿੰਦੇ ਜੇ ਗੌਰਾ ਹੋਣਾ ਚਾਹੁੰਦਾ, ਵੱਡਾ ਹੋਣਾ ਚਾਹੁੰਦਾ, ਮਹਾਨ ਬਣਨਾ ਚਾਹੁੰਦਾ, ਉਹਦੀ ਨਿਗਾਹ ਵਿੱਚ ਸਿਰਮੌਰ ਬਣਨਾ ਚਾਹੁੰਦਾ, ਫਿਰ ਨਿਵੇਂ ਸੋ ਗੌਰਾ ਹੋਏ। ਆਖੋ ਸਤਨਾਮ। ਨਿਵੇਂ ਸੋ ਗੌਰਾ। ਅੱਜ ਆਹ ਪੜ੍ਹਾਈ ਸਤਿਗੁਰ ਪੜ੍ਹਾ ਰਹੇ ਤੇ ਗੁਰੂ ਦੀ ਪਾਠਸ਼ਾਲਾ ਦੇ ਵਿੱਚੋਂ ਅੱਜ ਆਹ ਪੜ੍ਹਾਈ ਆਪਾਂ ਪੜ੍ਹਨੀ ਹੈ। ਸਤਸੰਗ ਕੀ ਕਹਿੰਦੇ ਭਾਈ ਗੁਰਦਾਸ ਜੀ, ਕਰਕੇ ਨੇ